ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸੁਜਲ ਤਮਨ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ, ਲੁਧਿਆਣਾ ਬਾਈਪਾਸ ਤੋਂ ਹਰਿਆਣੇ ਦੀ ਬੱਸ ਫੜ ਕੇ ਭਾਈ ਅੰਮ੍ਰਿਤਪਾਲ ਸਿੰਘ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਸਾਰੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ। ਪਰ ਪੁਸ਼ਟੀਕਰਨ ਕੁਛ ਨਹੀਂ ਕਰ ਸਕਦੇ ਕਿ ਉਹ ਅੰਮ੍ਰਿਤਪਾਲ ਸਿੰਘ ਹੀ ਹੈ ਕਿ ਨਹੀਂ, ਕਿਉਂਕਿ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਜੋ ਦੱਸ ਰਹੇ ਹਾਂ, ਪਤਾ ਇਹ ਲੱਗਿਆ ਸੂਤਰਾਂ ਦੇ ਹਵਾਲੇ ਕਿ ਬਾਈਪਾਸ ਤੋਂ ਹਰਿਆਣਾ ਬੱਸ ਚੜ ਕੇ ਜਾ ਰਹੇ ਸੀਗੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖਿਆ ਗਿਆ ਇੱਕ ਵਾਰੀ ਫਿਰ ਤੋਂ। ਪੁਸ਼ਟੀਕਰਨ ਕੁਛ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਤੱਕ ਇਨਫੋਰਮੇਸ਼ਨ ਆ ਰਹੀ ਹੈ 114 ਕੈਦੀ ਨੇ ਜੋ ਉਹਨਾਂ ਦੇ ਸਾਥੀ ਨੇ ਜੋ ਅਰੈਸਟ ਵੀ ਕਰ ਲਿੱਤੇ ਗਏ ਨੇ, ਅਤੇ 7 ਜਿਹੜੇ ਸਮਰਥਕ ਨੇ ਉਹਨਾਂ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਗਿਆ। NSA ਐਕਟ ਵੀ ਲਗਾਈ ਗਈ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਚਾਚੇ ਦੇ ਉੱਤੇ ਵੀ NSA ਐਕਟ ਲਗਾਈ ਗਈ ਹੈ। 1,00,000 ਰੁਪਏ ਦੇ ਨਾਲ ਬਰਾਮਦ ਹੋਏ ਸੀਗੇ ਇੱਕ ਨਜਾਇਜ਼ ਅਸਲੇ ਜੋ ਸਮਰਥਕਾਂ ਦੇ ਕੋਲੋਂ ਨਜਾਇਜ਼ ਅਸਲੇ ਮਿਲੇ ਸੀਗੇ, ਉਸ ਵਿੱਚ ਉਹਨਾਂ ਦੇ ਉੱਤੇ ਧਾਰਾਵਾਂ ਵੀ ਲਗਾਈਆਂ ਗਈਆਂ ਨੇ, ਆਰਮਸ ਐਕਟ ਨੂੰ ਲੈ ਕੇ ਧਾਰਾਵਾਂ ਲਗਾਈਆਂ ਗਈਆਂ ਨੇ, ਜਿੱਥੇ ਕਿ ਉਹਨਾਂ ਨੂੰ ਦੱਸ ਦਈਏ ਉਹਨਾਂ ਦੇ ਚਾਚੇ ਦੇ ਕੋਲੋਂ ਲਾਇਸੈਂਸੀ ਹਥਿਆਰ ਮਿਲਿਆ ਸੀਗਾ ਅਤੇ 1,00,000 ਰੁਪਇਆ ਕੈਸ਼ ਮਿਲਿਆ ਸੀਗਾ, ਮਗਰ ਭਗੌੜਾ ਕਰਾਰ ਕਰ ਦਿੱਤਾ ਸੀਗਾ। IG ਵੱਲੋਂ, ਮਾਨਯੋਗ IG ਵੱਲੋਂ ਪ੍ਰੈਸ ਕਾਨਫਰੰਸ ਰਖਾਈ ਗਈ ਸੀ, ਜਿਸ ਵਿੱਚ ਅੰਮ੍ਰਿਤਪਾਲ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਸੀਗਾ। ਵੱਖ ਵੱਖ ਰੂਪ ਬਦਲ ਕੇ ਜਾ ਰਹੇ ਨੇ, ਪਹਿਲੇ ਜਦੋਂ ਰੂਪ ਸਾਹਮਣੇ ਆਇਆ ਸੀਗਾ ਜਿਸ ਵਿੱਚ ਇਹ ਮੋਟਰਸਾਈਕਲ ਦੇ ਉੱਤੇ ਭੱਜ ਰਹੇ ਸੀਗੇ, ਅਤੇ ਉਸ ਤੋਂ ਬਾਅਦ ਹੁਣ ਲੁਧਿਆਣੇ ਬਾਈਪਾਸ ਤੋਂ ਹਰਿਆਣੇ ਦੀ ਬੱਸ ਦੇ ਉੱਤੇ ਚੜ੍ਹ ਕੇ ਭਾਈ ਅੰਮ੍ਰਿਤਪਾਲ ਸਿੰਘ ਜਾ ਰਹੇ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ, ਜਿੱਥੇ ਕਿ CCTV ਦੇ ਵਿੱਚ ਕੈਦ ਸਾਰੀਆਂ ਤਸਵੀਰਾਂ। ਜਿੱਥੇ ਤੱਕ ਦੇਖਿਆ ਜਾਵੇ ਹਜੇ ਤੱਕ ਭਗੌੜਾ ਕਰਾਰ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ, ਮਗਰ ਕਿ ਸਵਾਲ ਇਹ ਉੱਠਦੇ ਨੇ ਕਿ ਅੰਮ੍ਰਿਤਪਾਲ ਸਿੰਘ ਜਾ ਕਿੱਥੇ ਰਹੇ ਨੇ, ਕਿੱਥੇ ਜਾ ਰਹੇ ਨੇ, ਕਿਹੜੇ ਸਮਰਥਕਾਂ ਦੇ ਕੋਲ ਜਾ ਰਹੇ ਨੇ, ਕਿਉਂਕਿ ਜਿਹੜੇ ਸਮਰਥਕ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਨੂੰ ਵੀ ਪੁਲਿਸ ਕਿਤੇ ਨਾ ਕਿਤੇ ਚੱਕ ਰਹੀ ਹੈ ਪਿੱਛੇ ਕਿ ਹਾਲਾਂਕਿ 2 ਜਿਹੜੇ ਮੁੰਡੇ ਵੀ ਚੱਕੇ ਗਏ ਸੀਗੇ, ਜਿਹੜਾ ਇੱਕ ਵੋਟਰ ਕੈਨਨ ਦੇ ਨਾਮ ਤੋਂ ਸੀਗਾ ਮੁੰਡਾ, ਉਹਨੂੰ ਵੀ ਚੱਕ ਲਿੱਤਾ ਗਿਆ ਸੀਗਾ, ਅਤੇ ਜਿਹਨੇ ਝੰਡਾ ਲਹਿਰਾਇਆ ਸੀਗਾ 26 ਜਨਵਰੀ ਨੂੰ ਝੰਡਾ ਲਹਿਰਾਇਆ ਸੀ ਉਹਨੂੰ ਵੀ ਚੱਕ ਲਿੱਤਾ ਗਿਆ ਸੀਗਾ, ਅਤੇ ਚਾਚੇ ਸਮੇਤ ਮਰਸਡੀਜ਼ ਗੱਡੀ ਦੇ ਵਿੱਚੋਂ 1,00,000 ਰੁਪਇਆ ਕੈਸ਼ ਮਿਲਿਆ ਅਤੇ ਲਾਇਸੈਂਸੀ ਹਥਿਆਰ ਮਿਲੇ ਨੇ, ਅਤੇ ਬਾਕੀ ਹੋਰ ਵੱਖ ਵੱਖ 6 ਤੋਂ 7 ਮਾਮਲੇ ਵੀ ਦਰਜ ਹੋਏ ਨੇ, ਜਿਸ ਵਿੱਚ ਉਹਨਾਂ ਨੂੰ ਮਾਮਲੇ ਦਰਜ ਹੋਏ ਨੇ, ਨਜਾਇਜ਼ ਅਸਲਾ ਵੀ ਦਿਖਾਈ ਦਿੱਤਾ ਹੈ, ਬੈਰੀਗੇਡ ਤੋੜਨ ਦੇ ਮਾਮਲੇ ਵੀ ਲੱਗੇ ਨੇ, ਜਿਸ ਵਿੱਚ ਉਹਨਾਂ ਦੇ ਜਿਹੜੇ ਸਮਰਥਕ ਹੈ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾ ਰਹੇ ਨੇ ਕਿ ਇਕੱਠੇ ਹੋ ਜਾਓ ਅਤੇ ਕਿਤੇ ਨਾ ਕਿਤੇ ਧਰਨਾ ਲਗਾ ਦਿਓ, ਮਗਰ ਸਵਾਲ ਵੱਡੇ ਉੱਠਦੇ ਨੇ ਕਿ ਇਹ ਸਪੋਰਟਰਾਂ ਨੂੰ ਵੀ ਚੱਕਿਆ ਜਾ ਰਿਹਾ ਅਤੇ NSA ਐਕਟ ਸਾਰਿਆਂ ਦੇ ਉੱਪਰ ਲਗਾਈ ਜਾ ਰਹੀ ਹੈ। ਹਜੇ ਤੱਕ ਅਸਾਮ ਦੇ ਵਿੱਚ 7 ਬੰਦੇ ਭੇਜੇ ਗਏ ਨੇ। ਇੱਕ ਵਾਰੀ ਹੋਰ ਤੁਹਾਨੂੰ ਇੱਕ ਵਾਰੀ ਦੱਸ ਦਈਏ ਜਿੱਥੇ ਕਿ ਸੂਤਰਾਂ ਦੇ ਵੱਲੋਂ ਸਾਨੂੰ ਖਬਰ ਆ ਰਹੀ ਹੈ ਕਿ ਲੁਧਿਆਣਾ ਬਾਈਪਾਸ ਤੋਂ ਹਰਿਆਣੇ ਦੀ ਬੱਸ ਫੜ ਕੇ ਅੰਮ੍ਰਿਤਪਾਲ ਸਿੰਘ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ। ਵਧੇਰੇ ਅਪਡੇਟ ਸੀ, ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮ।